بسم اللہ الرحمن الرحیم السلام علیکم دوستو اج ایک ਭਰਾ ਨਾਲ ਫੋਨ ਤੇ ਗੱਲ ਹੋ ਰਹੀ ਸੀ ਤੇ ਗੱਲਾਂ ਗੱਲਾਂ ਚ ਕਹਿੰਦਾ ਜੀ ਮੈਂ ਤੇ ਹਕ ਲਾਲ ਦੀ ਖਾਨਾ ਮੈਂ ਕਿਹਾ ਜੀ ਬismillah ਅੱਲਾ ਪਾਕ ਤੁਹਾਨੂੰ ਹੋਰ ਹਕ ਲਾਲ ਦੀਆਂ ਦੇ ਤੇ ਖਾਂਦੇ ਰੋ ਤੇ ਬਹਰ ਮੇਰੀ ਸਮਝ ਚ ਕਾਣੀ ਨਹੀਂ ਆਈ ਕਿ ਕੀ ਕਾਣੀ ਮੇਰੇ ਨਾਲ ਪਾ ਗਿਆ ਕਿ ਬਗੈਰ ਕਾਗਜ਼ਾਂ ਤੋਂ ਕੰਮ ਕਰਨਾ ਜਰਮਨ ਦੀ ਗੱਲ ਹੋ ਰਹੀ ਹੈ ਪਾਕਿਸਤਾਨੀਆਂ ਦੂਜੇ ਕਿਸੇ ਕੰਟਰੀ ਦੀ ਗੱਲ ਨਹੀਂ ਹੋਈ ਜਰਮਨ ਚ ਆਇਥੇ ਨਾ ਜਨਾਬੇ ਅਲੀ ਯਾਨੀ ਸੋਸ਼ਲ ਜੌਬ ਸੈਂਟਰ ਯਾਨੀ ਜਰਮਨ ਚ ਕਹਿੰਦੇ ਨੇ ਬੈਨੀਫਿਟ ਯਾਨੀ ਯੂਕੇ ਚ ਕਹਿੰਦੇ ਨੇ ਠੀਕ ਹੈ ਜੀ ਲੈਣਾ ਇਹ ਜ਼ਕਾਤ ਕਹਿ ਲੋ ਸਿੱਦੇ ਲਫ਼ਜ਼ਾਂ ਦੇ ਵਿੱਚ ਤੇ ਕੰਮ ਜਿਹੜਾ ਬਗੈਰ ਕਾਗਜ਼ਾਂ ਤੋਂ ਚੋਰੀ ਛੁਪੇ ਜਾ ਕੇ ਕਰਨਾ ਤੇ ਕਹਿਣਾ ਮੈਂ ਹੱਕ ਲਾਲ ਦੀ ਖਾਨਾ ਜੇ ਕਿਸੇ ਭਰਾ ਦੀ ਇਹ ਗੱਲ ਸਮਝ ਚ ਆ ਜਾਏ ਤੇ ਜ਼ਰੂਰ ਦਸੀਓ ਤੇ ਕਿਉਂ ਮੇਰੀ ਸਮਝ ਚ ਨਹੀਂ ਆਉਂਦੀ ਪਈ ਇਹ ਗੱਲ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਆ ਤੇ ਨਾ ਖਾਸ ਤੌਰ ਤੇ ਜਿਹੜੇ ਸਾਡੇ ਐ ਮਾਨਾ ਨਹੀਂ ਹੁੰਦੇ ਜਿਹੜੀ ਇੱਥੇ ਜਰਮਨ ਚ ਜਿੰਨਾ ਦੀ ਮжоਰਿਟੀ ਹੈ ਪਾਕਿਸਤਾਨੀਆਂ ਦੀ ਠੀਕ ਹੈ ਖਾਸ ਤੌਰ ਤੇ ਉਹ ਉਹਨਾਂ ਨੇ ਤੇ ਬਸ ਖੂਨ ਚ ਸ਼ਾਮਿਲ ਲੈ ਕੇ ਬਸ ਜੋਬ ਸੈਂਟਰ ਕੋਲੋਂ ਪੈਸੇ ਲੈਣੇ ਨੇ ਤੇ ਕਹਿਣਾ ਕਿ ਹੱਕ ਲਾਲ ਦੀ ਬਸ ਅੱਲਾਹ ਤਾਲਾ ਦੇ ਰਿਹਾ ਠੀਕ ਹੈ ਜੀ ਤੁਹਾਡੇ ਬਾਤੇ ਹੋਵੇ ਦੀ ਨਾਲ ਕਾਲਾ ਕੰਮ ਜਾਂ ਤੇ ਛੱਡ ਦਿਓ ਨਾ ਜਾ ਕੇ ਬਗੈਰ ਕਾਗਜ਼ਾਂ ਤੋਂ ਕੰਮ ਨਾ ਕਰੋ ਫਿਰ ਤੇ ਕਲ ਸਮਝ ਆ ਜਾਂਦੀ ਏ ਵੀ ਠੀਕ ਏ ਚਲੋ ਗੁਜ਼ਾਰਾ ਮਜ਼ਾਰਾ ਚੱਲ ਰਿਹਾ ਅਗਲਾ ਹਾਲ ਦੀ ਦਾ ਮੈਨੂੰ ਪਤਾ ਬਹਰਲ ਫਿਰ ਵੀ ਮੈਂ ਉਹਨੂੰ ਕਿਸੇ ਹੋਰ ਖਾਤੇ ਚ ਨਹੀਂ ਲਿਆਉਂਦਾ ਤੇ ਜੇ ਤੁਸੀਂ ਆਪਣਾ ਪੈਸੇ ਜੋਬ ਸੈਂਟਰ ਕੋਲੋਂ ਲੈਣੇ ਨੇ ਜਾ ਕੇ ਨਾਲ ਬਗੈਰ ਕਾਗਜ਼ਾਂ ਤੋਂ ਕੰਮ ਹੀ ਕਰਨਾ ਤੇ ਉਹ ਅਗਲਾ ਹਾਲ ਦੀ ਮੇਰੀ ਸਮਝ ਚ ਨਹੀਂ ਜਾਂਦੀ ਠੀਕ ਏ ਤੇ ਜੇ ਕਿਸੇ ਭੈਣ ਪਰ ਮੇਰੀ ਗੱਲ ਬੁਰੀ ਲੱਗੀ ਹੋਵੇ ਗੁੱਸਾ ਲੱਗ ਗਿਆ ਹੋਵੇ ਤਾਂ ਮੈਂ ਉਹਨੂੰ ਸੌਰੀ ਕਹਿਣਾ ਜੀ ਆ ਦਿਲ ਦੀਆਂ ਗਹਿਰਾਈਆਂ ਚੋਂ ਸੋਰੀ ਕਹਿਣਾ ਠੀਕ ਹੈ ਤੇ ਇਹ ਮੇਰੀ ਸਿਰਫ ਆਪਣੀ ਨਿੱਕੀ ਜੀ ਅਕਲ ਦੀ ਗੱਲ ਹੈ ਕਿ ਮੇਰੀ ਸਮਝ ਨਹੀਂ ਆ ਰਹੀ ਤੁਹਾਡੀ ਸਮਝ ਆਂਦੀ ਹੈ ਠੀਕ ਲੱਗੇ ਰਹੋ ਮੈਨੂੰ ਇਤਰਾਜ਼ ਵੀ ਕੋਈ ਨਹੀਂ ਤੇ ਬਹਰਾਲ ਜੀ ਅੱਲਾ ਪਾਕ ਸਾਨੂੰ ਸਾਰਿਆਂ ਨੂੰ ਅੱਛੀ ਸੋਚ ਰੱਖਣ ਦੀ ਹਿੰਮਤ ਦੇ ਤਾਕਤ ਦੇ ਆਮੀਨ ਦੁਆਵਾਂ ਚ ਯਾਦ ਰੱਖਿਓ ਜੀ ਅੱਲਾ ਹਾਫਿਜ਼